ਆਲੀਸ਼ਾਨ ਕੋਠੀ ਦੇ ਗੇਟ ਅੰਦਰ ਪੁਲਿਸ ਦਾਖਲ ਹੁੰਦੀ ਦੇਖ ਕੇ ਤੁਸੀਂ ਸਮਝ ਰਹੇ ਹੋਵੋਗੇ ਕਿ ਕੋਠੀ ਅੰਦਰ ਚੱਲ ਰਹੇ ਕਿਸੇ ਗਲਤ ਕੰਮ ਦੀ ਖਬਰ ਮਿਲਣ ਤੇ ਪੁਲਿਸ ਨੇ ਇਸ ਕੋਠੀ ਤੇ ਛਾਪੇਮਾਰੀ ਕੀਤੀ ਹੈ। ਪਰ ਨਹੀਂ ਜਨਾਬ, ਤੁਸੀਂ ਗਲਤ ਸਮਝ ਰਹੇ ਹੋ। ਦਰਅਸਲ ਆਲੀਸ਼ਾਨ ਕੋਠੀ ਦੀਆਂ ਇਹ ਤਸਵੀਰਾਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੀਆਂ ਨੇ, ਜਿੱਥੇ ਵੱਡੀ ਗਿਣਤੀ 'ਚ ਪੁਲਿਸ ਇਸ ਲਈ ਪਹੁੰਚੀ ਹੈ ਕਿਉਂਕਿ ਕੋਠੀ 'ਚ ਰਹਿਣ ਵਾਲਾ ਪਰਿਵਾਰ ਸ਼ੱਕੀ ਹਾਲਾਤਾਂ 'ਚ ਘਰੋਂ ਲਾਪਤਾ ਹੋ ਗਿਆ। ਲਾਪਤਾ ਹੋਏ ਪਰਿਵਾਰ 'ਚ ਦੋ ਬੱਚੇ ਵੀ ਸ਼ਾਮਿਲ ਨੇ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਹੋਲੀ ਵਾਲੇ ਦਿਨ ਸ਼ੈਲਰ ਮਾਲਕ ਆਪਣੇ ਪੂਰੇ ਪਰਿਵਾਰ ਸਮੇਤ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਮਾਤਾ ਦੇ ਮੱਥਾ ਟੇਕਣ ਲਈ ਜਾ ਰਹੇ ਨੇ, ਪਰ ਉਹ ਮੁੜ ਘਰ ਵਾਪਸ ਨਹੀਂ ਪਰਤੇ। ਕੀ ਮਾਮਲਾ, ਕੀ ਜਾਣਕਾਰੀ ਹੁਣ ਤੱਕ ਸਾਹਮਣੇ ਆਏ? ਵੇਖੋ, ਅਸੀਂ ਸਾਰੇ ਐਂਗਲਾਂ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸੋ ਇਹ ਬਿਜ਼ਨਸ, ਇੱਕ ਬਿਜ਼ਨਸ ਕਲਾਸ ਫੈਮਿਲੀ ਸੀਗੀ ਅਤੇ ਦੋ ਮਾਈਨਰ ਬੱਚੇ ਸੀਗੇ ਅਤੇ ਬਾਕੀ ਸਾਰੇ ਜਿਹੜੇ ਮੇਜਰ ਆ, ਜਿਹੜੇ ਪੰਜ ਆ ਜਿਹੜੇ ਮਿਸਿੰਗ ਆ। ਸੋ ਉਹ ਸਾਰੇ ਐਂਗਲਾਂ ਤੋਂ ਜੋ ਵੀ ਹੈਗਾ ਇਹਨਾਂ ਦੇ ਬਿਜ਼ਨਸ 'ਚ ਕੀ ਇਹਨਾਂ ਨੇ ਕਰਜ਼ਾ ਲਿਆ ਸੀ ਜਾਂ ਲਿਮਟਾਂ ਬਣਾਈਆਂ ਸੀ, ਔਰ ਹਰ ਐਂਗਲ ਤੋਂ ਅਸੀਂ ਵੈਰੀਫਾਈ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਜਲਦੀ ਟਰੇਸ ਕਰ ਰਹੇ ਹਾਂ। ਕਿੱਦਣ ਦਾ ਲਾਪਤਾ ਜੀ? ਇਹ ਮੰਗਲਵਾਰ ਹੋਲੀ ਵਾਲੇ ਦਿਨ ਸ਼ਾਮ ਦਾ, ਜੋ ਇਸ 10 ਤਰੀਕ ਜਿਹੜਾ ਹੁਣ ਪਤਾ ਲੱਗ ਰਿਹਾ ਇਹਨਾਂ ਦੇ ਸਾਰੇ ਰਿਸ਼ਤੇਦਾਰਾਂ ਤੋਂ ਜਾਂ ਆਂਢ ਗੁਆਂਢ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪਰਿਵਾਰ ਦੇ 7 ਦੇ ਕਰੀਬ ਸ਼ੈਲਰ ਨੇ ਅਤੇ ਜਾਣ ਸਮੇਂ ਜਿਹੜੀ ਗੱਡੀ 'ਚ ਪਰਿਵਾਰ ਘਰੋਂ ਗਿਆ ਸੀ ਉਹ ਗੱਡੀ ਵੀ ਅਗਲੇ ਦਿਨ ਸ਼ੈਲਰ 'ਤੇ ਪਹੁੰਚ ਗਈ, ਪਰ ਪਰਿਵਾਰ ਉਸ ਗੱਡੀ 'ਚ ਵਾਪਸ ਨਹੀਂ ਆਇਆ। ਪੁਲਿਸ ਮੁਤਾਬਕ ਪਰਿਵਾਰ ਜਾਂਦੇ ਸਮੇਂ ਘਰ 'ਚ ਇੱਕ ਨੋਟ 'ਤੇ ਕੁਝ ਬੰਦਿਆਂ ਦੇ ਨਾਮ ਲਿਖ ਕੇ ਲਗਾ ਗਿਆ ਸੀ ਕਿ ਸਾਡੇ ਤੋਂ ਬਾਅਦ ਸ਼ੈਲਰਾਂ ਦਾ ਜੋ ਵੀ ਲੈਣ ਦੇਣ ਹੋਵੇਗਾ ਉਹ ਇਹਨਾਂ ਵਿਅਕਤੀਆਂ ਤੋਂ ਵਸੂਲਿਆ ਜਾਵੇ। ਸਰ, ਇੱਕ ਨੋਟਸ ਵੀ ਮਿਲਿਆ ਜੀ ਇੱਥੇ, ਉਹਦੇ ਵਿੱਚ ਵੀ ਕਾਫੀ ਨਾਮ ਉਹ ਸਾਰੇ ਨਾਂ ਹੈਗੇ, ਉਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਜਿਹੜੇ ਉਹਨਾਂ ਨੇ ਵਿੱਚ ਨਾਮ ਦੱਸੇ ਆ ਵੀ ਕੀ ਉਹਦੀ ਕੀ ਉਹਨਾਂ ਦੀ ਕੋਈ ਰੰਜਸ ਸੀਗੀ ਜਾਂ ਕਿਹੜੇ ਐਂਗਲ ਤੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਸੀ, ਉਹ ਵੀ ਐਂਗਲ ਵੈਰੀਫਾਈ ਕਰ ਰਹੇ ਸੀ। ਬਿਜ਼ਨਸ ਦੇ ਵਿੱਚ ਘੱਟ ਵਾਧੇ ਦਾ ਵੀ ਕੋਈ ਸਾਹਮਣੇ ਆਇਆ? ਹਾਂ, ਜਿਵੇਂ ਕੋਈ ਬੈਂਕ ਵਾਲਿਆਂ ਨੇ ਸਾਨੂੰ ਅਪਰੋਚ ਕੀਤਾ, ਉਹਨਾਂ ਦੀ ਲਿਮਿਟਸ ਲੁਮਿਟਸ ਬਣੀਆਂ ਸੀ, ਇੱਦਾਂ ਕੁਝ ਇੱਕ ਪ੍ਰਾਈਵੇਟ ਲੋਕ ਵੀ ਆ ਜਿਹੜੇ ਸ਼ਹਿਰ ਦੇ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਵਗੈਰਾ ਫੜੇ ਸੀ। ਸੋ ਅਜੇ ਵਰਬਲੀ ਤਾਂ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ, ਹੁਣ ਅਸੀਂ ਡਾਕੂਮੈਂਟਸ ਐਂਟਰੀ ਪ੍ਰੂਫਸ ਵੀ ਇਕੱਠੇ ਕਰ ਰਹੇ ਹਾਂ ਵੀ ਕੀ ਰੀਜ਼ਨ ਹੋ ਸਕਦਾ ਇਹਨਾਂ ਦੇ ਜਾਣ ਦਾ। ਸਰ, ਕੈਮਰੇ ਵਗੈਰਾ ਵੀ ਲੱਗੇ ਸੀਗੇ? ਇਹਨਾਂ ਦਾ ਕੈਮਰੇ ਚੱਲ ਨਹੀਂ ਸੀ ਰਹੇ, ਇਹਨਾਂ ਨੇ DVR ਵਗੈਰਾ ਰਿਮੂਵ ਕੀਤੇ ਸੀ, ਔਰ ਜਿਹੜਾ ਕੋਈ ਇਹਨਾਂ ਦੇ ਕੱਪੜੇ ਵਗੈਰਾ ਵਾ ਜਾਂ ਵੈਲੂਏਬਲ ਜਵੈਲਰੀ ਵਗੈਰਾ ਉਹ ਵੀ ਇਹ ਨਾਲ ਲੈ ਕੇ ਗਏ ਆ। ਸੋ ਦੇਖਦੇ ਹਾਂ ਤਾਂ ਸਾਰੇ ਐਂਗਲਾਂ ਤੋਂ, ਕੋਈ ਦੁਸ਼ਮਣੀ ਵਗੈਰਾ ਤਾਂ ਨਹੀਂ ਕਿਸੇ ਨਾਲ? ਨਹੀਂ, ਕੁਝ ਨਹੀਂ, ਪਹਿਲੇ ਬਿਜ਼ਨਸ ਵਾਲਾ ਐਂਗਲ ਹੈਗਾ। ਠੀਕ ਹੈ। ਸੋ ਵੀ ਆਰ ਲੁਕਿੰਗ ਇਨ ਟੂ ਆਲ ਆਸਪੈਕਟਸ। ਪਰਿਵਾਰ ਨੂੰ ਸ਼ੱਕੀ ਹਾਲਾਤਾਂ 'ਚ ਗੁੰਮ ਹੋਏ ਅੱਜ ਤੀਸਰਾ ਦਿਨ ਹੈ, ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਜਿਸ ਦੇ ਬਾਅਦ ਹੀ ਇਹ ਸਾਹਮਣੇ ਆਏਗਾ ਕਿ ਆਖਿਰ ਪੂਰਾ ਪਰਿਵਾਰ ਗਿਆ ਕਿੱਥੇ ਅਤੇ ਕਿਸ ਕਾਰਨ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਜਲਦੀ ਹੱਲ ਕਰਦੀ ਹੈ। ਹਕੀਕਤ TV ਪੰਜਾਬੀ ਲਈ ਮੋਗਾ ਤੋਂ ਹਰਪ੍ਰੀਤ ਮਹਿਰੋਂ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ 'ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ 'ਚ ਅਣਬਣ, ਨੌਂ ਦਾ ਵਸ਼ੀਕਰਨ, ਵਿਦੇਸ਼ ਯਾਤਰਾ 'ਚ ਰੁਕਾਵਟ, ਸੌਧਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।